ਤੇ ਸੱਜਣਾ ਵੇਖੋ ਮਾਸ਼ਾਅੱਲਾ ਜੀ ਧੜ ਨਾਲ ਧੜ ਜੋੜ ਰਹੀ ਹੈ। ਮੌਸਮ ਸਾਹਿਬ ਧੜ ਦੇ ਕਾਰੀਗਰ ਨੇ ਕੋਈ ਡਿਪਲੋਮਾ ਕੀਤਾ ਨਾ ਧੜ ਬਣਾਉਣ ਦਾ, ਨਾ ਦੁਬਈ ਦਾ ਲਸਣੇ ਸੀ ਨਾ ਕੋਈ ਧੜਾ ਬਣਾਉਣ ਦਾ। ਐਵੇਂ ਦਾ ਭਾਈ ਇੱਥੇ ਜਨਾਬ ਮਸਲਾ ਮਸਾਲ ਬਣੇ ਅਤੇ ਉਹ ਕਰ ਰਹੇ ਜਨਾਬ ਸੈਟਿੰਗ ਦੀ, ਬਾਕੀ ਤਕਰੀਬਨ ਟਰੱਕ ਅਲਹਮਦੁਲਿਲਾ ਲੱਗੇ ਨੇ ਵਕਤ ਆ ਗਏ। ਦੋ ਕੁ ਮੰਗਣੀਆਂ ਲੈ ਗਈਆਂ ਤਕਰੀਬਨ ਤੀਸਰੀ ਟਰੱਕ ਲਾ ਦਿੱਤੇ ਨੇ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮੁ ਅਲੈਕੁਮ ਵਰਹਿਮਤੁਲ੍ਲਾਹਿ ਵਬਰਕਾਤੁਹੁ। ਕੈਫਲ ਹਾਲ ਯਾ ਹਬੀਬੀ, ਕੈਸੇ ਯਾਰ ਆਪ ਪਿਆਰੇ ਸਾਰੇ ਦੋਸਤ। ਉਮੀਦ ਹੈ ਮਾਸ਼ਾਅੱਲਾ ਆਪ ਸਾਰੇ ਖੁਸ਼ ਰਾਜ਼ੀ ਹੋਗੇ ਔਰ ਅੱਲਾਹ ਪਾਕ ਸੇ ਅਰਜ਼ਾ ਕਿ ਆਪਕੋ ਅੱਲਾਹ ਪਾਕ ਦੇ ਸਿਹਤ ਤੰਦਰੁਸਤੀ ਆਪਸ ਮੇਂ ਢੇਰੋ ਢੇਰ ਮੁਹੱਬਤੇ ਉਲਫਤੇ ਔਰ ਦਿਨ ਇਸਲਾਮ ਕੀ ਕਾਮਿਲ ਚਾਹਤੇ ਕਰਤੇ ਆਏ ਕਿ ਆਪ ਵਲੋਗ ਸ਼ੁਰੂ। ਇੱਧਰ ਦੇਖੇ ਜਨਾਬ ਸਵੇਰੇ ਸਵੇਰੇ ਜਨਾਬ ਬਲੈਕ ਐਂਡ ਵਾਈਟ ਕੀ ਕੁਸ਼ਤੀ, ਕਿਆ ਬਾਤ ਹੈ ਜਨਾਬ। ਦੇਸੀ ਔਰ ਟੇਡੀ ਕਾ ਮੁਕਾਬਲਾ, ਕਾਲਾ ਫੁੱਲ ਬਲੈਕ ਫੈਂਸੀ ਹੈ ਔਰ ਦੂਸਰੇ ਵਾਲਾ ਪਿਓ ਰਸੀ ਲੜੂ ਹੈ, ਲੇਕਿਨ ਮੋਰਨੀ ਆ ਗਈ ਹੈ, ਉਸਨੇ ਇਹਨੂੰ ਛੁੜਾ ਦਿਆ ਕਿ ਐਸਾ ਮਤ ਕਰੋ, ਸੁਬਹਾ ਸੁਬਹ ਲੜਨੇ ਲੱਗ ਪੈਣੇ ਜਨਾਬ। ਔਰ ਇਹ ਸਨੋ ਕਾ ਜਨਾਬ ਜੋ ਜੋੜਾ ਹੈ, ਇਹ ਵੀ ਮਾਸ਼ਾਅੱਲਾ ਸਕੂਨ ਕੇ ਸਾਥ ਖੇਲ ਕੂਦ ਰਹੇ ਹੈ। ਬਾਕੀ ਨੇ ਸਭ ਕੋ ਮੈਨੇ ਨਿਕਾਲ ਦਿਆ ਹੋਇਆ, ਇੱਕ ਮੋਰ ਮਹਾਰਾਜ ਉਹ ਪਿੱਛੇ ਫਸਾ ਹੋਇਆ ਕਬੂਤਰ ਵਾਲੇ ਕੇਜ ਕੇ, ਅਭੀ ਵੋ ਸਨ ਉੱਠਤਾ ਤਾਂ ਉਹ ਨਿਕਾਲੇਗਾ ਕਿਉਂਕਿ ਉਹ ਅੰਦਰ ਘੁਸ ਜਾਤਾ ਹੈ ਉਸਨੇ, ਕਿਉਂਕਿ ਜਗ੍ਹਾ ਥੋੜੀ ਸੀ ਕੰਮ ਹੈ। ਤੋ ਬਾਕੀ ਅਲਹਮਦੁਲਿਲਾ ਤਾਲਾ ਆਪਕੋ ਡੰਪਰ ਦਿਖਾਤੇ ਹੈ, ਮੇਰੇ ਡੰਪਰ ਆ ਚੁੱਕੇ ਹੈ ਜਨਾਬ ਚੁਕੰਦਰ ਕੇ, ਤੋ ਇੰਜੋਏ ਕਰ ਰਹੇ ਹੈ ਉਤਾਰ ਉਤਾਰ ਕੇ, ਸਾਰੀ ਰਾਤ ਲੱਗ ਗਈ ਜਨਾਬ। ਤੋ ਜੀ ਦੋਸਤੋ ਮਾਸ਼ਾਅੱਲਾ ਸੇ ਸਫਾਈਆਂ ਸਫਾਈਆਂ ਕਰ ਰਹੇ ਹੈ ਇਮਰਾਨ ਭਾਈ ਔਰ ਮੋਹਸਨ ਭਾਈ ਔਰ ਜੋ ਹੈ ਨਾ ਆਪਣਾ ਲੱਲਾ ਇਰਫਾਨ, ਇਸ ਦੇ ਵਿੱਚ ਮਾਸ਼ਾਅੱਲਾ ਸੇ ਮੁਕੰਮਲ ਕਰ ਦਈਏ ਜਨਾਬ। ਸਜਣੋ ਕੋ ਸਲਾਮ ਦੁਆ ਕਰ ਰਿਹਾ ਹੈ, ਕਮੈਂਟ ਕਰਕੇ ਵਾਲੇਕੁਮ ਅਸਲਾਮ ਆਪ ਜਵਾਬ ਦੇ ਜਨਾਬ। ਤੋ ਇੱਧਰ ਮਾਸ਼ਾਅੱਲਾ ਸੇ ਤੂੜੀ ਵਗੈਰਾ ਵੀ ਸਿੱਧੀ ਕਰ ਰਹੇ ਹਨ, ਕੋਈ ਫਰੈਸ਼ ਚੁਕੰਦਰ ਜੋ ਆ ਚੁੱਕਾ ਨਾ ਬਹੁਤ ਨਹੀਂ ਡਾਲੇਂਗੇ, ਉਹ ਮਾਰੀ ਹਲਕੀ ਸੀ ਜਾਂ ਟੋਪੜੀ ਸੀ ਰਹਿ ਗਈ ਜਨਾਬ ਪਿੱਛੇ, ਇਹ ਦੇਖੇ ਜੂ ਜੋ ਚੁਕੰਦਰ ਕੰਮ ਹੋ ਰਹਾ ਥਾ ਔਰ ਨਯਾ ਨਹੀਂ ਆ ਰਹਾ ਥਾ ਜਨਾਬ, ਜਬ ਵੀ ਬੰਦਾ ਇਸ ਕੀ ਤਰਫ ਦੇਖਤਾ ਥਾ ਤੋ ਥੋੜੀ ਸੀ ਟੈਨਸ਼ਨ ਬਣ ਜਾਤੀ ਥੀ ਕਿ ਗਾਇ ਕਿਉਂ ਗਾਇ ਕੱਲ੍ਹ ਖਾ ਰਹੇ ਨਹੀਂ ਰਹੀ ਤੂੜੀ ਔਰ ਚੁਕੰਦਰ, ਔਰ ਅਗਰ ਉਹ ਵੀ ਖਤਮ ਹੋ ਜਾਤਾ ਤੋ ਸੀਨ ਹੋ ਜਾਣਾ ਥਾ ਸਾਰਾ ਮੁਸ਼ਕਿਲ ਮੇਂ, ਗਰਮੀ ਵੀ ਆ ਔਰ ਤੂੜੀ ਔਰ ਸਿਰਫ ਦੋ ਦਿਨ ਕਹਿ ਦੇਣਾ, ਮੌਸਮ ਸਾਹਿਬ ਫੋੜੇ ਕੋ ਧੌਣ ਸੇ ਫੜਾ ਹੋਇਆ ਔਰ ਜਨਾਬ ਚੁੱਕ ਚੁੱਕ ਕੇ ਜਾਂ ਫੋਸੀਆਂ ਇੱਕ ਸਾਈਡ ਪੇ ਕਰ ਰਹੇ ਜਨਾਬ। ਹਾਂ ਇਹ ਸਾਰਾ ਗੁਆਚ ਵੀ ਗਿਆ ਮੌਸਮ ਸਾਹਿਬ, ਕਿੰਦਰਾ ਗਰਾ ਗਿਆ ਸਾਰਾ ਹੋ ਗਿਆ, ਕਿਆ ਬਾਤ ਹੈ ਵੀਰ ਕਾ ਸਾਰਾ ਹੋ ਗਿਆ, ਚੱਕਿਆ ਗਿਆ ਚੱਕਿਆ ਗਿਆ। ਹਾਂ ਅੱਜ ਜਨਾਬ ਸਾਰੀ ਰਾਤ ਲੱਗੇ ਰਹੇ ਆ ਚੁਕੰਦਰ ਨੂੰ ਲੱਗੇ ਰਹੇ ਆ ਜਨਾਬ, ਮਿੱਠਾ ਮਿੱਠਾ ਚੁਕੰਦਰ ਆ ਉਹਨੂੰ ਸਾਰੀ ਰਾਤ ਲਾਂਦੇ ਰਹੇ ਆ, ਤੇ ਹੁਣ ਤੁਹਾਨੂੰ ਦਿਖਾਉਂਦੇ ਆਪਣੀਆਂ ਦੋਵੇਂ ਗੱਡੀਆਂ ਜਨਾਬ ਇਕੱਠੀਆਂ ਖੜੀਆਂ ਦੀਆਂ ਵੀ ਦੇਖੇ ਜੀ ਪਿਆਰੇ ਦੋਸਤੋ। ਮਾਸ਼ਾਅੱਲਾ ਆਪਕੇ ਦੁਆਓ ਕੇ ਸਾਥ ਇਹ ਵਾਲੀ ਜੋ ਗਾੜੀ ਹੈ ਇਹ ਉਤਾਰ ਚੁੱਕੇ ਹਮ, ਜੇ ਵਾਪਸੀ ਕੇ ਲਈ ਰਵਾਂ ਦਵਾਂ ਅਗੇ ਨਾਸ਼ਤੇ ਕੇ ਬਾਅਦ, ਖਾਨ ਭਾਈ ਆਏ ਹੋਏ ਆ ਔਰ ਉਹ ਵਾਲੀ ਗਾੜੀ ਜੋ ਹੈ ਉਹ ਵੀ ਪਹੁੰਚ ਚੁੱਕੀ ਹੈ ਅਲਹਮਦੁਲਿਲਾ ਖੈਰ ਫੇਰ ਕੇ ਸਾਸ, ਕਿਉਂਕਿ ਛੋਟੇ ਟਰੱਕ ਅਵੇਲੇਬਲ ਨਹੀਂ ਹੈ ਤੋ ਹਮਨੇ ਕਿਹਾ ਚਲੋ ਬੜੇ ਆ ਜਾਏ ਇਸ ਦਫ਼ਾ, ਤੋ ਅੱਲਾ ਕੀ ਆਇਆ ਕਰਮ ਉਹ ਆ ਗਏ ਜਨਾਬ ਪੂਰੇ ਕੇ ਪੂਰੇ ਅੱਡੇ ਪੇ ਜਨਾਬ। ਇਹ ਗਾੜੀ ਪਿੱਛੇ ਜਹਾਂ ਪੇ ਚਾਚੂ ਚਾਹੇ ਪੀ ਰਹੇ ਹੈ ਇਸ ਕੇ ਜਨਾਬ ਬੈਕ ਸੇ ਸ਼ੁਰੂ ਹੋ ਕੇ ਯਹਾਂ ਤੱਕ ਆ ਗਏ, ਇਹ ਸੀਨ ਚੈੱਕ ਕਰੇ ਨਾ, ਬੜੀ ਪਿਆਰੀ ਦੜ ਬਣਾਈ ਹੈ ਰਾਤੀ 2:30 ਵਜੇ ਤੱਕ ਲੱਗੇ ਰਹੇ ਜਾਂ ਬਾਈ ਅਸਗਰ ਵੀ ਰਾਤ ਇੱਧਰ ਰਹੇ ਲੰਗੋਟਾ ਕਰ ਰਹੇ ਚੁਕੰਦਰ ਕੋ ਜਨਾ ਲਤਾੜ ਨਿਕਲੀ ਜਨਾਬ, ਤੋ ਇਹ ਫੱਟੇ ਉਤਾਰੇ ਵੀ ਖਾਨ ਭਾਈ ਗਿਣਤੀਓ ਕੇ ਸਾਥ, ਤੋ ਚਾਹ ਵਗੈਰਾ ਨਿਕਲੇ ਲੈ ਆਏ, ਬਾਕੀ ਫਿਰ ਨਾਸ਼ਤੇ ਕਾ ਅਰੇਂਜਮੈਂਟ ਹੋ ਰਿਹਾ, ਤੋ ਇਹ ਵੀ ਇਨਸ਼ਾਅੱਲਾ ਗਾੜੀ ਵੀ ਇਹਨਾਂ ਨੂੰ ਉਤਾਰਨੀ, ਇਹਨਾਂ ਕੀ ਬੜੀ ਹਿੰਮਤ ਹੈ ਔਰ ਸਾਰਾ ਰਾਹ ਲੱਗੇ ਨੇ, ਤਕਰੀਬਨ ਉਸ ਗਾੜੀ ਮੇਂ ਵਜ਼ਨ ਥਾ ਜੋ 29 ਟਨ 500 kg ਔਰ ਇਸ ਮੇਂ 33 ਟਨ ਕੁਛ ਪੁਆਇੰਟ ਉੱਪਰ ਹੈ, ਸੀਨ ਆ ਚੰਗਾ ਤਗੜਾ ਬਣਾ ਹੋਇਆ ਜਨਾਬ ਅੱਲਾ ਖੈਰ ਕਰੇ, ਤੋ ਬਾਕੀ ਦੇਖਦੇ ਹਾਂ ਇਨਸ਼ਾਅੱਲਾ ਅੱਲਾ ਪਾਕ ਮਦਦ ਫਰਮਾਏਂਗੇ। ਸੁਬਹਾ ਸੁਬਹਾ ਠੰਡਾ ਠੰਡਾ ਮੌਸਮ ਹੈ, ਦੁਪਹਿਰ ਬਖਤੇ ਕਰਤੇ ਤੱਕ ਉਸ ਨਾ ਕੁਛ ਹੌਸਲਾ ਹੋ ਜਾਏਗਾ ਕਿ ਬਸ ਇਹ ਰਹਿਗਾ ਤੇ ਇਹ ਰਹਿ ਗਿਆ ਚੱਕਰ ਬਹਿ ਜਾਣਾ ਸਾਡਾ ਦੁਪਹਿਰ, ਤੇ ਬਾਕੀ ਆ ਜਨਾਬ ਫੱਟੇ ਛੱਟੇ ਲਾ ਰਹੇ ਪਠਾਨ ਭਾਈ।
ਉਸ ਬਾਅਦ ਅਗਲੀਆਂ ਗੱਲਾਂ ਹੋਣੀਆਂ ਚਿਕੰਦਰ ਦੇ ਨਾਲ ਸਾਰੀ ਦਿਹਾੜੀ ਅੱਲਾ ਖੈਰ ਔਰ ਬੇੜੇ ਪਾਰ, ਕਿਉਂਕਿ ਦੱਬਣਾ ਵੀ ਹੁੰਦਾ ਨੀੜਾ, ਲਾਹਣਾ ਨਹੀਂ, ਤਰਪਾਲਾਂ ਕਾਗਜ਼ ਦੇ ਕੇ ਮਿੱਟੀ ਛਿੱਟੀ ਪਾ ਕੇ ਫਿਰ ਸਾਰੇ ਦਾ ਮਾਮਲਾ ਸਿੱਧੇ ਹੋਣੇ ਨੇ ਇਨਸ਼ਾਅੱਲਾ। ਬਾਕੀ ਮਾਸ਼ਾਅੱਲਾ ਅਸੀਂ ਦੋਸਤੋ ਚੈੱਕ ਕਰੇ, ਸੁਬਹਾ ਤਕਰੀਬਨ ਅਭੀ 6:30 ਵਜੇ ਹੈ, ਫੁਆਰੇ ਗਾਏ ਕੇ ਉੱਪਰ ਹਮਨੇ ਫੁੱਲ ਬਟਾ ਫੁੱਲ ਛੋੜ ਦੀ ਹੈ ਮਾਸ਼ਾਅੱਲਾ, ਕਿਉਂਕਿ ਸਾਹਮਣੇ ਸੇ ਧੂਪ ਪੜਤੀ ਹੈ। ਇੰਜੋਏ ਕਰੇ, ਇਸਕੇ ਬਾਅਦ ਇਨਕੇ ਆਗੇ ਚਿਕੰਦਰੂ ਡਾਲਤੇ ਹੈ, ਖਾਏਂਗੇ ਇੰਜੋਏ ਮਾਰੇਂਗੇ ਜਨਾਬ। ਇਹ ਦੇਖੋ ਸ਼ਹਿਜ਼ਾਦੀਆਂ ਖੜੀ ਹੋਈ ਹੈ, ਹਾਂਜੀ ਚਿਕੰਦਰ ਦਾ ਨਾਮ ਲਿਆ ਤੇ ਸਾਰੀ ਹੂੰ ਕਰ ਰਹੀ ਹੈ ਕਿ ਲਾਓ ਲਾਓ, ਕੋਈ ਟੈਨਸ਼ਨ ਨਹੀਂ ਜਨਾਬ। ਹੋਰ ਅਲਹਮਦੁਲਿਲਾ ਟਰੱਕਾਂ ਦੇ ਟਰੱਕ ਚੜ ਗਏ ਨੇ, ਲਗਾਉਂਦੇ ਨੇ ਸ਼ਹਿਜ਼ਾਦੀਆਂ ਜਨਾਬ, ਵੇਟਿੰਗ 'ਚ ਲੱਗੀਆਂ ਹੋਈਆਂ ਸਾਰੀਆਂ ਕਿ ਚਿਕੰਦਰ ਸਨ ਲਿਆਓ ਤੇ ਪਾਓ ਤੇ ਮੰਜੀ ਧੁੱਪੇ ਅੱਜ ਡਾਓ, ਕਿਉਂਕਿ ਛਾਵੇਂ ਦੀ ਗੱਲ ਕਰੀ ਅੱਜ ਜਨਾਬ, ਧੁੱਪੇ ਮੰਜੀਆਂ ਸਾਰੀ ਦਿਹਾੜ ਜਨਾਬ, ਆਲਾ ਆਲਾ ਤੇ ਸ਼ਾਬਾ ਸ਼ਾਬਾ। ਬਾਕੀ ਚਲੋ ਅੱਲਾ ਪਾਕ ਦੇ ਸਿਹਤ ਤੰਦਰੁਸਤੀ, ਕੰਮ ਕਾਜ ਕਰਨਾ ਚਾਹੀਦਾ, ਕੰਮ ਬੰਦੇ ਦੇ ਕਰਮ ਹੁੰਦੇ ਨੇ, ਅੱਲਾ ਪਾਕ ਆਪਣੇ ਤੋਂ ਸਵਾ ਕਿਸੇ ਦਾ ਮੁਹਤਾਜ ਨਾ ਫਰਮਾਉਣ ਯਾਰ। ਤੇ ਜਿਹੜੇ ਭੈਣ ਭਰਾ ਚੈਨਲ ਤੇ ਯਾਰ ਨਵੇਂ ਆਏ ਹੋਏ, ਸਬਸਕ੍ਰਾਈਬ ਵੀ ਕੀਤਾ ਕਰੋ ਤਾਂ ਅੱਗੇ ਲੈ ਕੇ ਤੁਹਾਡੇ ਵਾਸਤੇ ਵਧੀਆ ਤੇ ਪਿਆਰੀ ਤੇ ਸੋਹਣੀ ਵੀਡੀਓ। ਫੱਟੇ ਤਕਰੀਬਨ ਜਨਾਬੇ ਵਾਲਾ 2 ਰਹਿ ਗਏ ਨੇ, ਬਾਕੀ ਫੱਟੇ ਨਾਲ 6 ਛੱਡੇ ਨੇ ਤੇ ਫਿਰ ਇਨਸ਼ਾਅੱਲਾ ਇਹਦੇ ਨਾਲ ਜਿਹੜਾ ਨਾ ਮੁੱਕ ਲੈਂਦੇ ਨੇ ਜਵਾਨ। ਇਹ ਵੇਖੋ ਸਜਣਾ ਜਨਾਬ, ਉੱਤੋਂ ਜਨਾਬ ਇਹ ਤਰਪਾਲ ਲਾ ਰਹੇ ਨੇ, ਕਿਉਂਕਿ ਇਹਦੇ ਵਾਲਾ ਅੱਲਾ ਕੀਤਾ ਕੰਮ ਨੇੜੇ ਲੱਗ ਗਿਆ। ਇੱਕ ਟਰੱਕ ਆਏ ਤਕਰੀਬਨ ਦਿਹਾੜੇ ਸਾਡੇ ਵਲਾ ਤਲਾ ਕੱਢੇ ਨੇ, ਕੱਢ ਗਿਆ ਕੋਈ 20 ਤੇ ਇਹ ਉੱਤੇ ਵੇਹਦੇ ਪਏ ਜਨਾਬ, ਚਿੱਟੀ ਚਿੱਟੀ ਉਲੀ ਲੱਗ ਗਈ। ਇਹ ਮੱਲ ਵਾਸਤੇ ਹੁੰਦਾ ਨੁਕਸਾਨ, ਕਿਉਂਕਿ ਪਹਿਲਾਂ ਟਰੱਕ ਆਈ ਤੇ ਅਸਾਂ ਫਟਾਫਟ ਮੁਕਾਉਣਾ ਆਈ ਤੇ ਫਿਰ ਇਹਦੇ ਮਿੱਟੀ ਫਿੱਟੀ ਏਡੀ ਨਹੀਂ ਪਾਈ, ਉੱਤੋਂ ਫਿਰ ਗੰਦਾ ਮੰਦਾ ਲਾ ਲਈ ਦਾ। ਲੇਕਿਨ ਇਹ ਸੁਣਾ ਮੰਗਾਉਣਾ ਦੇ ਇੱਕ ਪਾਸੇ ਤੇ ਸਾਹਮਣੇ ਇੱਕ ਪਾਸੇ, ਜੇ ਬੜੀਆਂ ਗੱਲਾਂ ਇਹ ਜਨਾਬ ਹੈ। ਵੇਖੋ ਨਾ ਇਹ ਉੱਤੋਂ ਹੈ ਕਿਵੇਂ ਉੱਲੀ ਲੱਗੀ ਪਈ ਬਹੁਤ ਜ਼ਿਆਦਾ, ਇਹ ਨਹੀਂ ਲੱਗਣੀ ਚਾਹੀਦੀ। ਇਹਦੇ 'ਤੇ ਮਿੱਟੀ ਹੋਵੇ ਚੰਗੀ ਤਰ੍ਹਾਂ ਦੱਬੀ ਦੁੱਬੀ ਹੋਵੇ, ਫਿਰ ਉਹ ਤਾੜ ਵੀ ਸਾਡੇ ਕੋਲ ਸਹੀ ਨਹੀਂ ਲੱਗੀ ਨਾ ਤੇ। ਲੇਕਿਨ ਇਹ ਤਾੜ ਮਾਸ਼ਾਅੱਲਾ ਤੁਸੀਂ ਵੇਖੋ ਔਰ ਕਮੈਂਟ ਕਰਕੇ ਦੱਸਣਾ ਬਸ ਸਹੀ ਲੱਗੀ ਕਿ ਨਹੀਂ। ਦੇਖੋ ਮਾਸ਼ਾਅੱਲਾ ਜਨਾਬ, ਇਹ ਲੰਮੀ ਤੇ ਚੜੀ ਤੇ ਮਿੱਟੀ ਵੀ ਆ ਰਹੀ, ਸਾਰਾ ਸੀਨ ਉਹ ਕੁੱਬ ਜਿਹਾ ਨਿਕਲ ਗਿਆ ਤੇ ਥੋੜ੍ਹਾ ਮਸਲਾ ਬਣ ਗਿਆ। ਬਾਕੀ ਇਨਸ਼ਾਅੱਲਾ ਹੁਣ ਅੱਲਾ ਖੈਰ ਕਰੇ, ਫੱਟੇ ਜਨਾਬ ਸਾਰੇ ਲੈ ਗਏ ਨੇ ਤੇ ਰੱਬ ਦਾ ਨਾਂ ਲੈ ਕੇ ਜਨਾਬ ਜਵਾਨ ਲੱਗਦੇ ਨੇ ਤੇ ਲਤਾਰ ਤੁੜ ਕੇ ਇਨਸ਼ਾਅੱਲਾ ਦਿਹਾੜੇ ਲੱਗਣੇ ਸਾਡੇ ਦੱਬਣ ਦਬਾਣ ਤੇ, ਕਿਉਂਕਿ 2 ਗੱਡੀਆਂ ਕਾਫੀ ਲੰਬਾਈ ਵੀ ਹੋ ਜਾਣੀ ਯਾਰ। ਤੇ ਇਹ ਵੇਖੋ ਫੱਟੇ ਲੈ ਗਏ ਨੇ, ਹੁਣ ਅਗਲੀਆਂ ਗੱਲਾਂ ਹੋਣੇ ਕਰੂ ਨੇ ਜਨਾਬ ਚਿਕੰਦਰ ਨਾਲ। ਤੇ ਸੱਜਣਾ ਵੇਖੋ ਮਾਸ਼ਾਅੱਲਾ ਜੀ, ਧੜ ਨਾਲ ਧੜ ਜੋੜ ਰਹੀ ਹੈ ਮੋਹਸਨ ਸਾਹਿਬ, ਧੜ ਦੇ ਕਾਰੀਗਰ ਨੇ, ਕੋਈ ਡਿਪਲੋਮਾ ਕੀਤਾ ਨਾ ਧੜ ਬਣਾਉਣ ਦਾ, ਨਾ ਦੁਬਈ ਦਾ ਲਸਣੇ ਸਨ ਕੋਈ ਧੜਾ ਬਣਾਉਣ ਦਾ। ਐਵੇਂ ਬਈ ਇੱਥੇ ਜਨਾਬ ਮਸਲਬ ਸਾਲ ਬਣੇ ਤੇ ਉਹ ਕਰ ਰਹੇ ਨੇ ਜਨਾਬ ਸੈਟਿੰਗ ਦੀ। ਬਾਕੀ ਤਕਰੀਬਨ ਟਰੱਕ ਅਲਹਮਦੁਲਿਲਾ ਲੱਗੇ ਨੇ ਵਕਤ, 2 ਮੰਗਣੀਆਂ ਲੈ ਗਈਆਂ ਤਕਰੀਬਨ ਤੀਸਰੀ ਟਰੱਕ ਲਾ ਦਿੱਤੇ ਨੇ। ਅੱਲਾ ਖੈਰ ਕਰੇ, ਹਲਕੀ ਹਲਕੀ ਆਵਾਜ਼ ਚੱਲ ਰਹੀ ਮਾਈ ਦੇ ਮਤਰਾਂ ਦੀ, ਲੱਗੀ ਹੈ ਜਨਤਾ ਸਾਖਾ ਪੇਟ ਦੀ ਖਾਤਰ ਬੱਚਾ ਗੂੰਜ ਆ ਲੱਗੇ ਨੇ ਜਨਾਬ। ਵੇਖੋ ਨਾ ਖੂਨ ਪਸੀਨੇ ਦੀਆਂ ਕਮਾਈਆਂ ਹੋ ਰਹੀਆਂ ਨੇ, ਵਾਹ ਬਈ ਵਾਹ, ਕਿਆ ਬਾਤ ਹੈ ਸਿਕੰਦਰ ਦੀ, ਕਿਆ ਖੁਸ਼ਬੂ ਹੈ ਜਨਾਬ, ਮਿੱਠੀ ਮਿੱਠੀ ਸੋਹਣੀ ਸੋਹਣੀ। ਮੁਨਸ਼ੀ ਸਾਹਿਬ ਬਾਲਟੀ ਲਾਇਆ ਨੇ ਜਨਾਬ ਲੱਸੀ ਦੀ, ਠੱਡੀ ਕਰਕੇ ਵਾਹ ਉਹਨੂੰ ਪਿਆਉਣ ਦਾ ਤਾਂ ਕਰਨਾ ਨਿੰਦਰ ਆ ਜਾਏ। ਹੈਂ ਕਿਆ ਬਾਤ ਹੈ ਜਨਾਬ, ਕਿਆ ਬਾਤ ਹੈ ਜਨਾਬ, ਪਿਆ ਪਿਆ ਲੱਸੀ ਪਿਆ ਵਾਹ ਨੂੰ ਯਾਰ, ਠੱਡੀ ਤੁਸੀਂ ਲੱਸੀ। ਤੋ ਇਸਕੇ ਬਾਅਦ ਇਨਸ਼ਾਅੱਲਾ, ਕਿਉਂਕਿ ਇਹ ਸਾਥ ਚਲਤਾ ਰਹੇਗਾ, ਨਾਸ਼ਤਾ ਵੀ ਤਿਆਰ ਹੋ ਚੁੱਕਾ, ਲੇਕਿਨ ਇਹ ਕਹਿ ਰਹੇ ਕਿ ਨਾਸ਼ਤਾ ਕਰ ਲਿਓ ਤਾਂ ਕੰਮ ਮੁਸ਼ਕਿਲ ਹੋ ਜਾਵੇ। ਅਗਰ ਭੁੱਖਾ ਕੂਕੜ ਚੋਖਾ ਲੜ ਰਿਹਾ ਗੱਲ ਸਾਬਤ ਹੋ ਗਈ ਜਨਾਬ, ਆ ਜਾਣਾ ਭੁੱਖੇ ਲੜ ਰਹੇ ਜਨਾਬ, ਫੁੱਲ ਖਾਰਾ ਬਣ ਗਿਆ ਤੇ ਅੱਲਾ ਖੈਰ ਕਰੇ ਜਨਾਬ। ਮੁੜ ਕੇ ਯਾਰ ਨਲ ਗਲ ਗਿਆ ਭਾਈ ਮੋਸਨ ਸਾਹਿਬ ਤੇ। ਬਾਕੀ ਮਾਸ਼ਾਅੱਲਾ ਆਪਣਾ ਸ਼ੈਡ ਜਿਹੜਾ ਉਹ ਅਲਹਮਦੁਲਿਲਾ ਨਾਲ ਨਾਲ ਸਟੈਪ ਬਾਏ ਸਟੈਪ ਚੱਲ ਰਿਹਾ। ਅੱਜ ਹੋ ਸਕਦਾ ਕੋਈ ਸੈਂਟਰਾਂ ਜਾਂ ਕੈਂਚੀਆਂ ਜਿਹੜੀਆਂ ਆਪੇ ਵਿੱਚ ਅੱਲਾ ਖੈਰ ਕਰੇ ਤੇ ਉਹ ਕਾਬਲੇ ਸ਼ਾਬਲੇ ਲਾ ਦੇਣ। ਉੱਠਦੇ ਕੋਈ ਨਹੀਂ, ਪੇ ਤੁੱਬ ਤੇਰੀ ਚੜ ਗਈ, ਪਤਾ ਨਹੀਂ ਕੀ ਕੀਤੀ ਜਾਂਦੇ ਲਾਲਾ ਮਜੀਦ ਰੀ ਤੇ ਗਾਵਾਂ ਨੂੰ ਚਕੰਦਰ ਸ਼ਕੰਦਰ ਗੱਤ ਛੜਿਆ। ਬਾਕੀ ਅੱਲਾ ਖੈਰ ਕਰੇ, ਫਿਰ ਲਾ ਕੇ ਦੱਬਣਾ ਦੁੱਬਣਾ ਮਾਮਲਾ ਠੀਕ ਨੇ ਜਨਾਬ, ਡੜੇ ਪੈਣ ਵਾਗ ਤਾਕ ਵਾਗ ਤਾਕ। ਤੋ ਚਕੰਦਰ ਵੀ ਦੋਸਤੋ ਪਿਆਰੇ ਉਤਾਰ ਰਹੇ ਹੈ, ਤਕਰੀਬਨ ਇਸਕਾ ਆਜ ਜ਼ਿਆਦਾ ਉਤਰ ਚੁੱਕਾ ਹੈ।
ਬਾਕੀ ਬਿੱਲਾ ਖੈਰ ਕਰ ਅੱਲਾ ਨੇ ਬੜਾ ਕਰਮ ਕਿਹਾ, ਹਲਕੀ ਹਲਕੀ ਬੜੀ ਪਿਆਰੀ ਠੰਡੀ ਹਵਾ ਚੱਲ ਰਹੀ ਹੈ ਅਤੇ ਮੋਟਰ ਵੀ ਹਮ ਚਲਾ ਰਹੀ ਹੈ। ਤਕਰੀਬਨ ਟਾਈਮ ਵੀ ਸਾਢੇ ਆਪਣਾ ਆਹ ਤਕਰੀਬਨ ਵੱਧ ਚੁੱਕਿਆ, ਮੋਟਰ ਮਾਸ਼ਾਅੱਲਾ ਦੇਖੇ ਔਰ ਕਮੈਂਟ ਕਰਕੇ ਬਤਾਏ ਕੈਸਾ ਪਾਣੀ ਫੇਂਕ ਰਹੀ ਮਾਸ਼ਾਅੱਲਾ, ਕਿਉਂਕਿ ਪਹਿਲੇ ਮਾਰੀ ਮੋਟਰ ਜੋ ਹੈ ਨਾ ਛੋਟੀ ਵਾਲੀ ਸੀ, ਚਾਰ ਪੰਜ ਕੇ ਵੀ ਪੰਜ ਛੇ ਕੇ ਪੱਖਾ, ਬੜੀ ਮੋਟਰ 10 HP ਕੀ ਵੋ ਲਗਵਾਈ ਹੈ, ਪੀਟਰ ਵਾਲਾ ਪੱਖਾ ਵਗੈਰਾ ਉਤਾਰ ਦਿਆ, ਤੋ ਮਾਸ਼ਾਅੱਲਾ ਸੇ ਕਾਫੀ ਅੱਛਾ ਪਾਣੀ ਫੇਂਕ ਰਹੀ ਹੈ। ਲੇਕਿਨ ਆਪ ਵੀ ਬਤਾਏ ਇਸਟਾਲ ਕੋ ਪਾਣੀ ਲਗਾ ਦਿਆ ਹੋਇਆ, ਡੋਮ ਪੂਰਾ ਭਰੀ ਰਿਹਾ ਮਾਸ਼ਾਅੱਲਾ, ਇਹ ਦੇਖਿਆ ਅੱਗੇ ਸੇ ਵੀ ਕਾਫੀ ਜ਼ਿਆਦਾ ਪਾਣੀ ਆ ਰਿਹਾ, ਪੂਰੇ ਪ੍ਰੈਸ਼ਰ ਕੇ ਸਾਥ ਮਾਸ਼ਾਅੱਲਾ ਬੰਬਾ ਮਾਰ ਰਹੀ ਹੈ। ਇਹ ਸੀ ਦੋਸਤੋ ਅੱਜ ਕੀ ਮਾਰੀ ਪਹਿਲੀ ਸੀ ਵੀਡੀਓ, ਉਮੀਦ ਕਰਦਾ ਵੀਡੀਓ ਆਪਕੋ ਅੱਛੀ ਲੱਗੀ ਹੋਗੀ, ਵੀਡੀਓ ਅਗਰ ਆਪਕੋ ਯਾਰ ਅੱਛੀ ਲੱਗੀ ਹੈ ਉਸਕੋ ਲਾਈਕ ਕਰੇ, ਸ਼ੇਅਰ ਕਰੇ ਔਰ ਚੈਨਲ ਕੋ ਕਰ ਦੇ ਸਬਸਕ੍ਰਾਈਬ। ਮਿਲਤਾ ਫਿਰ ਆਪਸੇ ਇੱਕ ਨਈ ਵੀਡੀਓ ਮੈਂ, ਤਬ ਤੱਕ ਲਈ ਦੁਆ ਮੈਂ ਯਾਦ ਰੱਖੀਏਗਾ, ਅੱਲਾ ਪਾਕ ਆਪਕੋ ਦੇ ਦੋਨੋਂ ਜਨੋ ਕੋ ਡੇਰੋ ਡੇਰ ਕਾਮਯਾਬੀਆਂ, ਆਪਣੀ ਜ਼ਾਤੇ ਪਾਕ ਕੇ ਸਵਾ ਕਿਸੇ ਕਾ ਆਪਕੋ ਮੁਹਤਾਜ ਨਾ ਕਰੇ, ਆਪਣੇ ਹਬੀਬ ਅਲੈਹਿ ਸਲਾਤ ਵ ਸਲਾਮ ਜੀ ਪਰ ਹਮੇ ਜ਼ਿਆਦਾ ਸੇ ਜ਼ਿਆਦਾ ਦਰੂਦ ਪਾਕ ਪੁਰਖਲੂਸ ਹੋ ਕੇ ਪੜ੍ਹਨੇ ਕੀ ਤੋਫੀਕ ਅਤਾ ਫਰਮਾਏ। ਆਪਣਾ ਖਿਆਲ ਰੱਖੀਏਗਾ, ਅੱਲਾ ਤੁਹਾਡਾ ਮੀਨਾ ਸਰ, ਓਕੇ, ਰੱਬ ਰਾਖਾ।